ਲਗਜ਼ਰੀ ਗੱਡੀਆਂ ਦਾ ਜਿਹਨਾਂ ਨੂੰ ਸ਼ੌਂਕ ਹੈ ਜੀ ਦੇਖੋ ਕਿੱਦਾਂ ਦੀ ਗੱਡੀਆਂ ਆ ਗਈ ਜੀ ਰੇਂਜ ਰੋਵਰ ਪਈ ਹੈ ਜੀ ਜੀ ਵੈਗਨ ਦੇਖੋ ਜੀ ਅੱਜ ਕੱਲ੍ਹ ਲੇਟੈਸਟ ਟ੍ਰੈਂਡ ਚੱਲਦਾ ਪਿਆ ਤੇ ਦੇਖੋ ਜੀ ਬੈਂਟਲੇ ਦੀ ਗੱਡੀ ਪਈ ਹੈ ਜੀ ਉਧਰ ਨਾਲ ਲਿਮੋਜ਼ਿਨ ਜਿਹੜੀ ਪੂਰੇ ਨਾਰਥ ਇੰਡੀਆ 'ਚ ਸਿਰਫ 3 ਤੋਂ ਲੈ ਕੇ 4 ਬੰਦਿਆਂ ਕੋਲ ਆ ਜੀ ਸਾਡੇ ਕੋਲੇ ਜੀ ਸਾਰੀਆਂ ਸਾਰਾ ਸਟਾਕ ਹੈਗਾ ਸਾਡੇ ਕੋਲੇ ਲਗਜ਼ਰੀ ਕਾਰਾਂ ਦਾ ਹੀ ਸਾਰਾ ਹੈਗਾ ਜੀ ਵੈਡਿੰਗ ਲਈ ਮੋਸਟਲੀ ਅਸੀਂ ਦਿੰਨੇ ਹੈਗੇ ਆ ਇਟਲੀ ਦਾ ਸਭ ਤੋਂ ਜਾਨੀ ਸਡਾਨ ਦੇ ਵਿੱਚ ਬਹੁਤ ਅੱਛੇ ਵਾਲਾ ਮਾਡਲ ਹੈ ਜੀ ਟੌਪ ਮਾਡਲ ਹਾਂਜੀ ਹਾਂਜੀ ਓਏ ਹੋਏ 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 ਮਹਾਰਾਜ ਸਵਾਦ ਹੀ ਆ ਗਿਆ ਜੀ ਮੈਂ ਜ਼ਿੰਦਗੀ 'ਚ ਆਪਣੇ ਲਾਈਫ ਦੇ ਵਿੱਚ ਆਪਣੀ ਅੱਖਾਂ ਸਾਹਮਣੇ ਪਹਿਲੀ ਵਾਰੀ ਦੇਖ ਰਿਹਾ ਜੀ ਇਹਦਾ ਗੱਡੀ ਓਹੋ ਇੰਟੀਰੀਅਰ ਮਤਲਬ ਵਾਕਈ ਜਿਹੜਾ ਬੰਦਾ ਬੈਠਦਾ ਹੁੰਦਾ ਮਤਲਬ ਬਹੁਤ ਹੀ ਕੰਫਰਟੇਬਲ ਕਾਰ ਹੁੰਦੀ ਆ ਜੀ ਇਹ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੀ ਆ ਲੈਗ ਰੂਮ ਵਗੈਰਾ ਬਹੁਤ ਜ਼ਿਆਦਾ ਵਧੀਆ ਹੁੰਦਾ ਜੀ ਵਿਆਹ ਵਾਲੇ ਦੂਲੇ ਨਾਲ ਹਨਾ ਫੈਮਿਲੀ ਸਿਸਟਰਸ ਹੋ ਗਈਆਂ ਸਾਰੇ ਇਕੱਠੇ ਬੈਠ ਕੇ ਇੰਜੋਏ ਕਰ ਸਕਦੇ ਇਕੱਠੇ ਬੈਠ ਕੇ ਜਾ ਸਕਦੇ ਆ ਫਿਰ ਪੂਰੀ ਪ੍ਰਾਈਵੇਸੀ ਹੁੰਦੀ ਆ ਜੀ ਅੱਗੇ ਡਰਾਈਵਰ ਦਾ ਵੱਖਰਾ ਬਣਿਆ ਹੁੰਦਾ ਜੀ ਕੈਬਨ ਫਿਰ ਬਾਰ ਇਹਦੇ ਵਿੱਚ ਜੀ ਜ਼ਿੰਦਗੀ ਮੁੱਕ ਜਾਂਦੀ ਹੈ ਕੋਈ ਬੰਦਾ ਰਹਿ ਜਾਂਦਾ ਜੀ ਤਮੰਨਾ ਰਹਿ ਜਾਂਦੀਆਂ ਇਹ ਖਾਬ ਰਹਿ ਜਾਂਦਾ ਜੀ ਖਾਬ ਰਹਿ ਜਾਂਦਾ ਜੀ ਸੋ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ ਉਹ ਲੈ ਲੈਣਾ ਚਾਹੀਦਾ ਬਾਕੀ ਇਹ ਨਾਈਟ ਵੈਸੇ ਤਾਂ ਜੀ ਗੋਰਿਆਂ ਦੀ ਬਾਹਰ ਨਾਈਟ ਪਾਰਟੀ ਕਾਰ ਬਣਾਈ ਹੋਈ ਹੈ ਇਹ ਆਪਾਂ ਹੁਣ ਮਤਲਬ ਕਿ ਆਪਾਂ ਇੱਥੇ ਵੈਡਿੰਗ ਲਈ ਉਹ ਕਰਦੇ ਹੈਗੇ ਤੇ ਉਹਦੇ ਲਈ ਲਾਈਟਿੰਗ ਲੂਟਿੰਗ ਇਹਦੇ ਵਿੱਚ ਤਾਂ ਹੀ ਉਹ ਕਰਕੇ ਨਾ ਪੂਰੀ ਹੈਗੀ ਹੈ ਜੀ ਆਹ ਦੇਖੋ ਛੱਤ ਦੇ ਉੱਤੇ ਸਭ ਲਾਈਟਿੰਗ ਆਹ ਕਲਰ ਚੇਂਜ ਹੁੰਦੀਆਂ ਜੀ ਓਏ ਹੋਏ ਕੀ ਬਾਤ ਹੈ ਜੀ ਇਹ ਭਾਜੀ G63 ਮਾਡਲ ਹੈ ਜੀ ਇਹ ਹੁਣ ਤਾਂ ਲੇਟੈਸਟ ਮਾਡਲ ਹੈ G63 ਮਤਲਬ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਤੋਂ ਬਾਅਦ ਹੋਰ ਫੇਮਸ ਹੋ ਗਿਆ ਹਾਂਜੀ ਹਾਂਜੀ ਹੋਰ ਫੇਮਸ ਹੋ ਗਿਆ ਹੋਰ ਤਾਂ ਬੜੇ ਹੁਣ ਤਾਂ ਅੱਜ ਕੱਲ ਜ਼ਿਆਦਾਤਰ ਸਿੰਗ ਸ਼ੂਟਿੰਗ ਦੇ ਵਿੱਚ ਇਹੀ ਕਾਰ ਹੁੰਦੀ ਹੈ ਕਿ ਜ਼ਿਆਦਾ ਗਾਣਿਆਂ 'ਚ ਆਉਂਦੀ ਹੈ ਜੀ ਇਹ ਭਾਜੀ ਰੇਂਜ ਰੋਵਰ ਆ ਸਪੋਰਟਸ ਇਹ ਰੇਂਜ ਰੋਵਰ ਸਪੋਰਟਸ ਮਾਡਲ ਹੈ ਜੀ ਇਹ ਸਪੋਰਟਸ ਮਾਡਲ ਬਿਲਕੁਲ ਲੇਟੈਸਟ ਮਾਡਲ ਹੈ ਜੀ ਇਹ ਲੇਟੈਸਟ ਮਾਡਲ ਵੀ ਆਮ ਮਾਰਕੀਟ ਦੇ ਵਿੱਚ ਨਹੀਂ ਮਿਲਦਾ ਜਾਨੀ ਰੈਂਟਲ ਕਾਰ ਦੇ ਵਿੱਚ ਪਹਿਲੇ ਉਹ ਲਾਂਦਾ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਪਿਆ ਹਾਂਜੀ ਹਾਂਜੀ ਪਹਿਲਾਂ ਉਹ ਵਾਲਾ ਹੈਗਾ ਉਹ ਵੀ ਆਪਣੇ ਕੋਲੇ ਤਿੰਨ ਮੋਹ ਹੈਗੀਆਂ ਗੱਡੀਆਂ ਹਾਂ ਇਕੱਠੀਆਂ ਤਿੰਨਾਂ ਤੋਂ ਤਿੰਨ ਵੀ ਆਪਾਂ ਦੇ ਸਕਦੇ ਹਾਂ ਆਹ ਬਾਤ ਹੈ ਜੀ ਗੱਡੀ ਦਾ ਪੂਰਾ ਸਵਾਦ ਆ ਰਿਹਾ ਅੰਦਰੋਂ ਵੀ ਬੜੀ ਵਧੀਆ ਮਤਲਬ ਮਜ਼ਾ ਆ ਰਿਹਾ ਮੈਂ ਤਾਂ ਗੱਡੀ ਦੇਖ ਕੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਸੀਟਾਂ ਦਾ ਕਲਰ ਕੰਬੀਨੇਸ਼ਨ ਹੈ ਨਾ ਇੱਕ ਰਾਇਲ ਫੀਲ ਵੈਸੀ ਬੜੀ ਵਧੀਆ ਦੇ ਰਿਹਾ ਜੀ ਇਹ ਇੰਪੋਰਟਡ ਕਾਰ ਹੈ ਜੀ ਮੈਂ ਤਾਂ ਭਾਈ ਹਮਰ H2 ਮਾਡਲ ਆ ਜੀ ਇਹ ਤੇ ਗਾਣਿਆਂ ਕੋਲੇ ਦੀ ਦੇਖੀ ਸੀ ਅੱਗੇ ਜੀ ਹਾਂਜੀ ਹਾਂਜੀ ਇਹ ਭਾਈ ਅੱਗੇ ਜੈਜੀ ਬੈਂਡ ਦਾ ਗਾਣਾ ਹੁੰਦਾ ਜੀ ਹਮਰ ਉਹਦੇ ਵਿੱਚ ਜਾਉਂਦੀ ਹੁੰਦੀ ਸੀ ਬੜੀ ਵਧੀਆ ਗੱਡੀ ਬਹੁਤ ਰੇਅਰ ਕਾਰਾਂ ਨੇ ਜੀ 1.5 ਕਰੋੜ ਦੀ ਗੱਡੀ 50-60 ਰੁਪਏ ਕਰਾਇਆ ਸਰ ਹਾਂਜੀ ਹਾਂਜੀ ਹਾਂ ਪੂਰੀ ਵੀ ਲਵੇ ਜਾਂ ਅਸੀਂ ਗੱਲ ਕਰੀਏ ਜੀ ਆਪਣਾ ਜੀ ਵੈਗਨ ਦੀ ਜਾਂ ਕਰੀਏ ਮੁਸਟੈਂਗ ਦੀ ਜਾਂ ਹਮਰ ਦੀ ਗੱਲ ਕਰੀਏ ਰੇਟ ਬਰਾਬਰ ਜੇ ਆ ਸਾਰਿਆਂ ਦੇ ਹਾਂਜੀ ਰੇਟ ਉਹੀ ਆ ਜੀ 60,000 ਤੋਂ ਪਲੱਸ ਇਹਦੇ ਆਸ-ਪਾਸ ਹੀ ਆ ਜੀ ਮੈਂ ਤਾਂ ਲੋਏ ਦੇਖ ਕੇ ਹੈਰਾਨ ਹੋ ਗਿਆ ਜੀ ਕਿੰਨਾ ਸੋਹਣਾ ਲੋਏ ਜੀ ਮਤਲਬ ਸਾਈਜ਼ ਦੇਖੋ ਕਿੱਦਾਂ ਵੱਡਾ ਮਤਲਬ ਇਹ ਮੈਨੂੰ ਲੱਗਦਾ ਲੋਏ ਲੱਖਾਂ ਰੁਪਏ 'ਚ ਹੋਣੇ ਜੀ ਹਾਂਜੀ ਹਾਂਜੀ ਲੋਏ ਇੱਥੋਂ ਮਿਲਦੇ ਨਹੀਂ ਜੀ ਬਾਹਰੋਂ ਮੰਗਾਏ ਇਹ ਬਾਹਰੋਂ ਹੀ ਆਉਂਦੇ ਆ ਜੀ ਬਾਹਰੋਂ ਮਿਲਦੇ ਆ ਕਿਉਂਕਿ ਇਹਦੇ ਜਿਹੜੇ ਹੈਗੇ ਨਾ ਨਟ ਜੀ ਉਹ 8 ਉਹਦੇ ਵਾਲੇ ਸੁਰਾਖ ਵਾਲੇ ਹੁੰਦੇ ਆ ਜੀ ਜਿੰਨੇ ਵੀ ਤੁਸੀਂ ਲੋਏ ਦੇਖ ਰਹੇ ਹੋ ਜੀ ਸਾਰੇ ਲੋਏ ਸਪੈਸ਼ਲ ਮਤਲਬ ਲੱਖਾਂ ਰੁਪਏ ਦੀ ਖਰਚ ਕੇ ਕੀਤੇ ਜਾਂਦੇ ਤਾਂ ਕਿ ਗੱਡੀ ਨੂੰ ਇੱਕ ਹੋਰ ਬੜੀ ਵਧੀਆ ਫੀਲ ਆਵੇ ਜੀ ਗੱਡੀ ਦੀ ਲੁੱਕ ਹੀ ਫਿਰ ਬਣਦੀ ਹੈ ਨਾ ਜੀ ਇਹ ਭਾਜੀ ਫੋਰਚੂਨਰ ਹੈਗੀ ਫੋਰਚੂਨਰ ਇਹ ਕਾਰ ਆਪਾਂ ਸੈਲਫ ਡਰਾਈਵਰ ਤੇ ਦੇ ਦਿੰਨੇ ਆ ਜੀ ਇਹ ਐਕਚੁਅਲੀ ਇੰਨੀ ਉੱਚੀ ਹੁੰਦੀ ਨਹੀਂ ਨਾ ਮੇਰੇ ਹਿਸਾਬ ਨਾਲ ਨਹੀਂ ਨਹੀਂ ਇੰਨੀ ਆ ਜੀ ਉਹ ਉਹਦੇ ਲਾਏ ਕਰਕੇ ਲੱਗਦਾ ਜੀ ਲਾਏ ਟਾਇਰ ਵੱਡੇ ਪਾਏ ਹੋਏ ਆ ਲੋਏ ਬੜੇ ਸੋਹਣੇ ਪਾਏ ਤੁਸੀਂ ਹਾਂਜੀ ਇਹ ਮਤਲਬ ਬੰਦਾ ਆਪ ਲੈ ਜਵੇ ਇੱਥੋਂ ਆਪ ਚਲਾਵੇ ਇਹ ਆਪ ਜੀ ਮਤਲਬ ਕਿ ਬਾਹਰੋਂ NRI ਵੀਰ ਆਉਂਦੇ ਆ ਜੀ ਉਹ ਸਾਨੂੰ ਫੋਨ ਤੇ ਬੁਕਿੰਗ ਲੈ ਹੋ ਜਾਂਦੀ ਹੈ ਜੀ ਫੋਨ ਤੇ ਜਦੋਂ ਉਹਨਾਂ ਨੇ ਆਉਣਾ ਉਹਨਾਂ ਦੇ ਘਰ ਪਹੁੰਚਣ ਤੇ ਅਸੀਂ ਘਰੇ ਡਿਲੀਵਰ ਕਰ ਦਿੰਨੇ ਆ ਜੀ ਮੈਨੂੰ ਤਾਂ ਤੁਸੀਂ 에어ਪੋਰਟ ਤੇ ਡਿਲੀਵਰ ਕਰਦੇ ਹੁੰਦੇ ਬੰਦਾ ਲੈ ਵੀ ਆਵੇ ਉੱਥੋਂ ਹਾਂਜੀ ਹਾਂਜੀ 에어ਪੋਰਟ ਤੇ ਵੀ ਕਰ ਦਿੰਨੇ ਆ ਜੀ ਮੋਸਟਲੀ ਫਿਰ ਜਾਂ ਵਾਪਸੀ ਵੀ ਸਾਨੂੰ ਕਰ ਜਾਂਦਾ ਜੀ ਜਦੋਂ ਜਾਣਾ ਹੁੰਦਾ ਉਦੋਂ ਗੱਡੀ ਵਾਪਸ ਕਰ ਲਈਦੀ ਇਹ ਭਾਜੀ ਸਾਡੇ ਕੋਲ ਜਿਹੜਾ ਟਾਈਪ 2 ਮਾਡਲ ਆ ਉਹ ਵੀ ਹੈਗਾ ਜੀ ਇਹ ਵੀ ਆਟੋਮੈਟਿਕ ਹੀ ਆ ਜੀ ਸਾਰੀਆਂ ਇਹਦਾ ਪ੍ਰਾਈਸ ਭਾਜੀ ਉਹੀ 4,000 ਪਰ ਡੇ ਦੇ ਅਕੋਰਡਿੰਗ ਤੋਂ ਸ਼ੁਰੂ ਹੋ ਜਾਂਦਾ ਜੀ ਤੁਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਤੱਕ ਵੀਡੀਓ ਪਹੁੰਚਾਣੀ ਹੈ ਸਾਰੇ ਦੋਸਤਾਂ ਤੱਕ ਪਹੁੰਚਾਣੀ ਹੈ ਸਾਰਿਆਂ ਨੂੰ ਪਤਾ ਲੱਗ ਸਕੇ ਇਹ ਗੱਡੀਆਂ ਪੰਜਾਬ ਦੇ ਵਿੱਚ ਕਿੱਥੇ ਅਵੇਲੇਬਲ ਹੈ ਔਰ ਡਾਇਰੈਕਟ ਤੁਹਾਡੇ ਘਰ 'ਚ ਕਿੱਦਾਂ ਪਹੁੰਚਣਗੀਆਂ ਜੀ ਜਲੰਧਰ ਫਗਵਾੜਾ ਮੋਹਾਲੀ ਇਹਦੇ ਇੱਕ ਬਰਨਾਲਾ ਬਠਿੰਡਾ ਸਾਈਡ ਉਧਰ ਹੈਗਾ ਉਧਰ ਹੈਗਾ ਜੀ ਸੋ ਥੈਂਕ ਯੂ ਸੋ ਮਚ ਜੀ ਮਿਲਾਂਗੇ ਨੈਕਸਟ ਵੀਡੀਓ 'ਚ ਇੱਦੀ ਵੱਡੀ ਵੱਡੀ ਕਾਢਾਂ ਨਾਲ ਡਿਫਰੈਂਟ ਚੀਜ਼ਾਂ ਨਾਲ ਸੋ ਭਾਜੀ ਨੂੰ ਯਾਦ ਰੱਖੋ ਜੀ ਸੋ ਇੱਥੇ ਆ ਕੇ ਸ਼ਕਲਾਂ ਪਛਾਣ ਲਓ ਫਟਾਫਟ ਆਣਾ ਰਸ਼ ਬਣਾ ਲੋਕਾਂ ਨੂੰ ਵੀ ਦੱਸਣਾ ਇੱਥੇ ਕਿ